ਗੰਡੇ ਮਹਿੰਗੇ ਹੋ ਗਏ, ਟਮਾਟਰ ਵੀ ਮਹਿੰਗੇ ਹੋ ਗਏ ਆ, ਵੀਹਾਂ ਦੇ ਚਾਰ, ਵੀਹਾਂ ਦੇ ਚਾਰ, ਪੰਜਾਹ ਇੱਕ ਲੱਥਾ ਸੀ, ਪਤਾ ਕਿਹਦੇ ਨਾਲ ਲੱਥਾ ਸੀ, ਵਿਖਾਵਾਂ ਤੁਹਾਨੂੰ ਮੈਂ, ਐਵੇਂ ਇੱਕ ਉਹ ਲਗਾਏ ਇੱਕ ਹਰਿਆ ਇੱਕ ਲਾ, ਜਿਹਨੇ ਪੂੜੇ ਛੋਲੇ ਬਣਾਉਣੇ ਆ ਪੂੜੇ ਬਣਾ ਸਕਦਾ ਹੈ, ਇਹਦੇ ਨਾਲ ਵੀ ਆਪਾਂ ਪੂੜੀਆਂ ਕੱਢ ਸਕਦੇ ਹਾਂ ਜੇ ਗਿੱਲੇ ਕੱਪੜੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਰ ਠੀਕ ਠਾਕ ਜੋ? ਵਧੀਆ। ਕੱਪੜੇ ਹੁਣ ਗਏ ਆ ਸੁੱਕ, ਆਪਾਂ ਪਹਿਲਾਂ ਸਬਜ਼ੀ ਬਣਾ ਲਈਏ ਛੋਲਿਆਂ ਦੀ, ਬਾਅਦ ਵਿੱਚ ਆਪਾਂ ਜੋੜਾਂਗੇ ਕੱਪੜੇ। ਆਓ ਸਬਜ਼ੀ ਬਣਾਈਏ। ਗੰਡਾ ਇੱਕ, ਲਸਣ ਇੱਕ, ਇੱਕ ਗੰਡਾ ਪਾਵਾਂਗੇ, ਇੱਕ ਲਸਣ ਪਾਵਾਂਗੇ। ਗੰਡੇ ਬਹੁਤ ਮਹਿੰਗੇ ਹੋ ਗਏ ਆ ਨਾ, ਤੁਸੀਂ ਵੀ ਇੱਕ ਪਾਇਆ ਕਰੋ, ਮਹਿੰਗਾਈ ਹੋ ਗਈ ਆ, ਬਹੁਤ ਗੰਡੇ ਮਹਿੰਗੇ ਹੋ ਗਏ। ਅਸੀਂ ਇੱਕ ਪਾਉਂਦੇ ਹਾਂ, ਮੈਂ ਪਲੇਟ ਲੈ ਕੇ ਆਉਂਦੀ ਹਾਂ। ਆਪਾਂ ਗੰਡੇ ਚੀਰਦੇ ਹਾਂ, ਆਪਾਂ ਲਸਣ ਵੀ ਛਿਲਦੇ ਹਾਂ, ਫਿਰ ਉਸ ਤੋਂ ਬਾਅਦ ਵੇਖਾਂਗੇ ਕੀ ਕਰਦਾ ਹੈ। ਆਹ ਲਸਣ ਉੱਡ ਗਿਆ, ਸਾਰਾ ਕੁਛ ਉੱਡ ਗਿਆ। ਫਿਰ ਉਸ ਤੋਂ ਬਾਅਦ ਸਬਜ਼ੀ ਬਣਾ ਕੇ ਆਟਾ ਗੁੰਨਣਾ ਹੈ, ਆਟਾ ਗੁੰਨ ਕੇ ਕੱਪੜੇ ਜੋੜਾਂਗੇ। ਪੱਖੀ ਤਾਂ ਗਾੜੀ ਉੱਡਦੇ ਹੀ ਬੜੇ ਆ, ਉੱਡਦੇ ਆ ਵਾਣਾ ਨਾ, ਨਿੱਕੀ ਜਿਹੀ ਪੱਖੀ ਲਿਆਉਂਦੀ ਆ ਨਾ, ਨਿੱਕੀ ਜਿਹੀ ਪੱਖੀ ਲਾ ਲਈਦੀ ਆ ਰਸੋਈ ਦੇ ਵਿੱਚ। ਅਤੇ ਉਸ ਤੋਂ ਬਾਅਦ ਅਸੀਂ ਆਹ ਕੱਟਾਂਗੇ, ਕੱਟ ਕੇ ਲਸਣ ਛਿੱਲਾਂਗੇ। ਕੱਢ ਲਈ ਦੀ ਆ ਗੰਡਿਆਂ ਦੇ ਵਿੱਚ ਗੁਲੀ, ਆਪਾਂ ਕੱਢ ਲੈਣੀ ਚਾਹੀਦੀ ਆ, ਗੁਲੀਆਂ ਨਹੀਂ ਪਾਈਦੀਆਂ ਹੁੰਦੀਆਂ ਗੰਡੇ ਦੀਆਂ, ਗੁਲੀ ਕੱਢ ਕੇ ਵਿੱਚ ਪਾਉਣੀ। ਇੱਥੇ ਵਿੱਚ ਆਪਾਂ ਪਾਵਾਂਗੇ, ਇਹਦੇ ਵਿੱਚ ਆਪਾਂ ਪਾਵਾਂਗੇ ਲਸਣ ਆ ਗੰਡੇ, ਆਪਾਂ ਉਸ ਤੋਂ ਬਾਅਦ ਪਾਵਾਂਗੇ ਲਸਣ। ਪਹਿਲਾਂ ਪਾਵਾਂਗੇ ਆਪਾਂ ਲਸਣ, ਫਿਰ ਆਪਾਂ ਇਹਨਾਂ ਨੂੰ ਇੰਝ ਕਰਾਂਗੇ, ਇੰਝ ਕਰਕੇ ਆ ਦੇਖੋ ਇੰਝ ਕਰਕੇ, ਅਤੇ ਉਂ ਕੇ ਪਾਵਾਂਗੇ ਗੰਡੇ ਪੱਖੀ ਕਰਕੇ ਨਾ। ਬਹੁਤ ਗੰਡਿਆਂ ਦੀ ਕੜਤਨ ਬੜੀ ਚੜ੍ਹਦੀ ਆ ਮੈਨੂੰ। ਇੱਕ ਲਵਾਂਗੇ ਟਮਾਟਰ, ਕਿਉਂ ਗੰਡੇ ਮਹਿੰਗੇ ਹੋ ਗਏ, ਟਮਾਟਰ ਵੀ ਮਹਿੰਗੇ ਹੋ ਗਏ ਆ, ਵੀਹਾਂ ਦੇ ਚਾਰ, ਵੀਹਾਂ ਦੇ ਚਾਰ ਗੰਡੇ ਹੋਣੇ ਆ, ਵੀਹਾਂ 'ਤੇ ਲਵਾਂਗੇ, ਪੰਜਾਂ ਦਾ ਇੱਕ ਟਮਾਟਰ ਹੋ ਗਿਆ ਨਾ, ਤੀਆਂ 'ਤੇ ਲਵਾਂਗੇ ਤਾਂ ਛੇ ਹੋਣਗੇ, ਤੀਆਂ 'ਤੇ ਛੇ। ਆਪਾਂ ਵਿੱਚੋਂ ਅੱਧਾ ਪਾ ਲੈਣਾ, ਅੱਧਾ ਰੱਖ ਲੈਣਾ, ਕਿਉਂ ਬਹੁਤ ਮਹਿੰਗੇ ਹੋ ਗਏ ਆ, ਮਹਿੰਗੇ ਬੜੇ ਗੰਦੇ ਨਾ, ਅਤੇ ਆਪਾਂ ਅੱਧਾ ਪਾ ਲੈਣਾ, ਬਾਕੀ ਮੈਂ ਰੱਖ ਆਈ ਹਾਂ ਫਰਿੱਜ ਦੇ ਵਿੱਚ, ਭਲਕੇ ਅਗਲੀ ਸਬਜ਼ੀ 'ਚ ਪਾਵਾਂਗੇ, ਜਿਹੜੀ ਵੀ ਕਰਾਂਗੇ ਸਵੇਰੇ, ਸਵੇਰੇ ਸਬਜ਼ੀ ਧਰਨੀ ਆ ਉਹਦੇ ਵਿੱਚ ਪਾਵਾਂਗੇ। ਅਤੇ ਬਹੁਤ ਮਹਿੰਗੇ ਹੋਏ ਆ ਮਟਰ, ਬੜੇ ਮਹਿੰਗੇ ਹੋਏ ਆ, ਮਹਿੰਗਾਈਆਂ ਹੋ ਗਈਆਂ ਨਾ, ਇੱਕ ਬੜੀਆਂ ਮਹਿੰਗੀਆਂ ਹੋ ਗਈਆਂ ਸਬਜ਼ੀਆਂ। ਅੱਜ ਮੈਂ ਚਿੱਟੇ ਛੋਟੇ ਛੋਲੇ ਪਿਆਏ ਆ ਨਾ, ਆਪਾਂ ਚਾਕੂ ਨਾ ਆਪਾਂ ਹਨ ਆਪਾਂ ਆ ਇੰਜ ਪਾ ਲੈਣਾ ਚਾਹੀਦੇ ਆਪਾਂ ਨੂੰ ਗੰਢੇ, ਅਤੇ ਮੁੜ ਕੇ ਆਓ ਤੁਹਾਨੂੰ ਵਿਖਾਈਏ ਹੁਣ। ਆਵੇ ਚਿੱਟੇ ਛੋਲੇ, ਕਾਲੇ ਨਹੀਂ ਇਹ ਚਿੱਟੇ ਆ, ਅੱਜ ਅਸੀਂ ਚਿੱਟੇ ਛੋਲੇ ਗਲ ਗਏ, ਬਹੁਤ ਗਲ ਗਏ, ਫਿਰ ਤੁਹਾਨੂੰ ਉੱਥੇ ਵਿਖਾਉਣੇ ਤੜਕਾ ਲਾਉਂਦੇ ਨੇ। ਅਤੇ ਅੱਧਾ ਟਮਾਟਰ ਪਾ ਲਿਆ, ਅੱਧਾ ਰੱਖ ਲਿਆ, ਮਹਿੰਗੇ ਬਹੁਤ ਹੋਏ, ਤੁਹਾਨੂੰ ਮੈਂ ਦੱਸੀ ਹੋਈ ਗੱਲ ਅੱਗੇ ਵੀ। ਆ ਵੇਖੋ ਵਧੀਆ ਬਣ ਗਏ, ਮੈਂ ਪਲੇਟ 'ਚ ਪਾ ਲੈਂਦੀ ਹੁੰਦੀ ਹਾਂ ਇੰਜ ਕਰਕੇ। ਆਪਾਂ ਪਾਵਾਂਗੇ ਤੇਲ, ਤੇਲ ਪਾ ਲਾਂਗੇ ਇਹਦੇ ਵਿੱਚ, ਆ ਵੇਖੋ ਤੇਲ ਇੱਕ ਪਾਵਾਂਗੇ ਕੜਛੀ ਤੇਲ ਦੀ,
ਮੈਂ ਸੁੱਕ ਲੈਂਦਾ ਵਿੱਚ ਪਾਣੀ ਆ ਨਾ ਥੋੜਾ ਕੁ, ਅਵੇ ਵਿੱਚ ਪਾਣੀ ਆ ਨਾ ਥੋੜਾ ਕੁ, ਮੈਂ ਇੱਥੇ ਸੁੱਕ ਹੀ ਲੈਣ ਦਿਓ, ਫਿਰ ਪਾਵਾਂਗੇ ਤੇਲ ਇੱਕ ਕੜਛੀ ਤੇਲ ਦੀ, ਇੱਕ ਕੜਛੀ ਤੇਲ ਦੀ, ਇੱਕ ਕੜਛੀ ਤੇਲ ਦੀ ਪਾਵਾਂਗੇ, ਥੋੜ੍ਹਾ ਕੁ ਪਾਈਏ, ਮੁੜ ਕੇ ਗੰਢੇ ਆ ਨਾ ਫਿਰ, ਤੁਹਾਨੂੰ ਪਤਾ ਹੋਵੇਗਾ ਆਪਾਂ ਪਾ ਲਈ ਆ। ਅਤੇ ਇੱਕ ਗੰਢਾ ਪਾਵਾਂਗੇ ਆਪਾਂ ਤੇਲ ਬਣ ਲੈਣ ਦਿਓ, ਫਿਰ ਉਸ ਤੋਂ ਬਾਅਦ ਦੱਸਾਂਗੇ ਤੁਹਾਨੂੰ। ਆਹ ਮਾਰਚ ਮਾਰਚ ਕਰਾਉਣੀ ਹੈ ਦੇਖ, ਤੈਨੂੰ ਆਪਾਂ ਮਾਰਚ ਕਰੀਏ ਨੂਰੇ, ਆਹ ਬਾਂਹ ਕਰ ਮਾਰਚ ਕਰੀਏ, ਕਿੰਨੀ ਖੁਸ਼ ਹੋਈ ਨਾ ਆ ਗਏ, ਬਸ ਬੜੇ ਖੰਘ ਚੁਕਾਨ ਕਿਤੇ ਸੌ ਬੁਖਾਰ ਹੈ, ਖੰਘ ਚੁਕਾਨ ਲੱਗਾ ਸੀ ਕਾਕੇ ਨੂੰ, ਹੁਣ ਕਾਕਾ ਮਾਨ ਨੂੰ ਠੀਕ ਆ, ਮੈਂ ਕਿਹਾ ਨਵਾਜ਼ ਲੱਗਾ ਸੀ, ਫਿਰ ਇਹਦੀ ਦਵਾਈ ਲਿਆਂਦੀ ਆ, ਫਿਰ ਅੱਗੇ ਨਾਲ ਥੋੜ੍ਹਾ ਕੁ ਫਰਕ ਆ ਗਿਆ, ਹੁਣ ਕਿਹਦੇ ਕਰ ਲਈ ਆ, ਕਿਹਦੇ ਕਰਦੀ ਸੀ, ਉਹਨੇ ਧੋਵਾਂ ਨਾ ਜਾਵਾਂ, ਇਹ ਕਾਕਾ ਧੋਵਾਂ ਨਾ ਜਾਂਦਾ ਏ, ਹੁਣ ਅੱਗੇ ਨਾਲ ਠੀਕ ਆ, ਬੜਾ ਖੰਘ ਚੁਕਾਮ ਸੌ ਬੁਖਾਰ ਵਿਚਾਰੀ ਨੂੰ ਲੱਗਾ ਸੀ। ਆਪਾਂ ਪਾਵਾਂਗੇ ਤੇਜ ਪੱਤਾ, ਮੈਂ ਪੱਤੇ ਦੋ ਹੀ ਪਾਉਣੀਆਂ, ਆਪਾਂ ਪਾਵਾਂਗੇ ਇੱਕ ਪੱਤਾ ਆ ਤੇ ਇੱਕ ਆ ਬਸ, ਆਪਾਂ ਪਾਵਾਂਗੇ ਸਬਜ਼ੀ ਆ ਤੜਕਾ, ਉਸ ਤੋਂ ਬਾਅਦ ਪਾਵਾਂਗੇ ਆਪਾਂ ਅਲ ਆਪਾਂ ਪਾਵਾਂਗੇ, ਚਲੋ ਫਰਾਈ ਕਰ ਦਿੱਤੀ ਆ, ਠੀਕ ਆ ਆਪਾਂ ਉਸ ਤੋਂ ਬਾਅਦ ਪਾਵਾਂਗੇ ਤੜਕਾ, ਆਪਾਂ ਤੜਕਾ ਭੁੰਨਗੇ, ਭੁੰਨ ਕੇ ਮਸਾਲਾ ਪਾਵਾਂਗੇ, ਲੂਣ ਮਿਰਚ ਵਗੈਰਾ ਸਭ ਕੁਛ ਪਾਵਾਂਗੇ ਆਪਾਂ, ਆਪਾਂ ਪਾਇਆ ਸੀ ਮਿਰਚਾਂ, ਆਪਾਂ ਮਿਰਚਾਂ ਪਾਈਆਂ ਸੀ, ਫਿਰ ਆਪਾਂ ਮਸਾਲਾ ਪਾਇਆ ਸੀ, ਧਨੀਆ ਪਾਊਡਰ ਪਾਇਆ ਸੀ, ਫਿਰ ਲੂਣ ਪਾਇਆ ਸੀ, ਆਪਾਂ ਪਾਉਣੀ ਆ ਹਲਦੀ, ਚਲੋ ਹਲਦੀ ਪਾਤੀ, ਆਪਾਂ ਘੋਲ ਕੇ ਥੋੜ੍ਹਾ ਕੁ ਪਾਣੀ ਪਾ ਦਿੰਦੇ ਹਾਂ, ਇਹ ਰਿੱਝੂਗੀ ਚੰਗੀ ਤਰ੍ਹਾਂ, ਆਪਾਂ ਪਾਣੀ ਪਾਇਆ ਸੀ, ਚਲੋ ਆਪਾਂ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਢੱਕ ਲਈਏ, ਆਪਾਂ ਚੰਗੀ ਤਰ੍ਹਾਂ ਢੱਕ ਲਈਏ, ਸਾਡੀ ਨੂਰ 'ਤੇ ਪਾਣੀ ਆ ਗਿਆ ਲਾਲਾ, ਅਤੇ ਮੈਨੂੰ ਸਬਜ਼ੀ ਦਿਓ, ਸਬਜ਼ੀ ਖੁਸ਼ ਹੋ ਕੇ ਖਾਂਦੀ ਹੈ ਨਾ, ਕਹਿੰਦੀ ਮੈਨੂੰ ਸਬਜ਼ੀ ਦੇ ਦਿਓ, ਮੈਂ ਆਖਿਆ ਸਬਜ਼ੀ ਲੈ ਬਣਾਉਂਦੇ ਪਏ ਹਾਂ, ਚਲੋ ਬਣ ਲੈਂਦੇ, ਉਹਦੇ ਮੂੰਹ 'ਚ ਪਾਣੀ ਆ ਗਿਆ, ਮੂੰਹ 'ਚ ਪਾਣੀ ਆ ਗਿਆ, ਨੂਰ ਦੇ ਮੂੰਹ 'ਚ ਪਾਣੀ ਆ ਗਿਆ, ਛੇਤੀ ਦਿੰਦੇ
ਦੇਨੇ ਤੈਨੂੰ ਆਓ ਕਿਚਨ ਆ ਤੂੰ ਖਾਣੀ ਆ ਚੁੰਚੀ ਚ ਅੱਛਾ ਚੁੰਚੀ ਚ ਖਾਣੀ ਆ ਲਾ ਲਾ ਗਿਆ ਆ ਗਿਆ ਆ ਗਿਆ ਲਾ 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 ਲੂ ਜਿਆ ਲਾ ਲੂ ਜਿਆ ਯਾ ਤਾਂ ਕਰਦਾ ਇਹ ਛੋੜਾ ਗਿਆ ਪੁੱਤ ਚੱਲੀ ਆਵੇ ਪੁੱਜ ਕੇ ਚੱਲੀ ਆ ਨਾ ਥੋੜਾ ਕੁ ਚਿਰ ਉਹ ਢੱਕ ਦੇ ਕੇ ਫਿਰ ਆਪਾਂ ਪਾਵਾਂਗੇ ਚਲੋ ਆਪਾਂ ਆ ਵੇਖੋ ਛੋਲੇ ਪਾਈਏ ਵਿੱਚ ਤੁਸੀਂ ਵੀ ਖਾਓ ਪੂੜੇ ਪਕੌੜੀਆਂ ਪੂੜੇ ਪੋੜੀਆਂ ਤੁਸੀਂ ਵੀ ਗਾਓ ਪੂੜੇ ਤੁਸੀਂ ਵੀ ਖਾਂਦੇ ਹੁੰਦੇ ਨਾ ਪੂੜੇ ਪੂੜੇ ਖਾਇਆ ਕਰੋ ਨਾਲ ਬਣਾ ਬਣਾ ਕੇ ਛੋਲੇ ਪੂੜੀਆਂ ਛੋਲੇ ਪੂੜੇ ਕਿਆ ਲੈਣੀਆਂ ਠੀਕ ਹੈ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਰਿੰਨ ਲੈਣਾ ਉਸ ਤੋਂ ਬਾਅਦ ਫਿਰ ਖਾਵਾਂ ਤੇ ਕੱਪੜੇ ਜੋੜ ਗਏ ਲੋਂਦਾ ਕਿਉਂ ਨਹੀਂ ਗਾਇਆ ਕਾਕਾ ਰੋਈ ਜਾਂਦਾ ਕਾਕਾ ਅੱਜ ਪਾਪੇ ਨੂੰ ਆਵਾਜ਼ ਮਾਰੇ ਪਾਪਾ ਕੁੱਕ ਪਾਪਾ ਕੁੱਕ ਨੂਰੇ ਲੋਂਦਾ ਕਿਉਂ ਚੀ ਨਿੱਕਾ ਕਾਕਾ ਕਦ ਤੋਂ ਲੋਂਦਾ ਸੀ ਚਾ ਉਹ ਪਾਪਾ ਆਉਂਦਾ ਨਹਾਉਂਦੇ ਪਏ ਆ ਚੰਗਾ ਪਾਪਾ ਤੇਰਾ ਨਹਾਉਂਦੇ ਆ ਫਿਰ ਤੈਨੂੰ ਕੁੱਕ ਲੈਣਗੇ ਮੈਂ ਸਬਜ਼ੀ ਬਣਾਉਂਗੀ ਤੈਨੂੰ ਕੁੱਕ ਲੈਣਗੇ ਚੰਗਾ ਤੈਨੂੰ ਪਾਪਾ ਚੁੱਕੂਗਾ ਮੈਂ ਸਬਜ਼ੀ ਬਣਾ ਲੂੰਗੀ ਤੈਨੂੰ ਪਾਪਾ ਖਾ ਲੂਗਾ ਫਿਰ ਮੈਂ ਆਟਾ ਗੁੰਨ ਲੂੰਗੀ ਫਿਰ ਮੈਂ ਤੈਨੂੰ ਕੁੱਕ ਲੂੰਗਾ ਮੈਂ ਆਪਦੇ ਪੁੱਤ ਨੂੰ ਨਿਗੇ ਜੇ ਨੂੰ ਕੁੱਕ ਲਾਂਗੇ ਲਾਉਂਦਾ ਹੀ ਬੜਾ ਕਾਕਾ ਗੰਦੂ ਜਿਹਾ ਇਹ ਰੋਂਦੀ ਬੜੀ ਆ ਨਾ ਇੱਕ ਸਾਡੀ ਮੰਮੀ ਗਈ ਨਾ ਉਸੇ ਕਰਕੇ ਇੱਕ ਜੀ ਨਹੀਂ ਲਾਉਂਦੀ ਇੱਕ ਉਹਦਾ ਕਰਕੇ ਜੀ ਨਹੀਂ ਲਾਉਂਦੀ ਹੋਰ ਤਰ੍ਹਾਂ ਕਰਦੀ ਆ ਤੇ ਉਹਨੂੰ ਪਤਾ ਘਰੇ ਮੰਮਾ ਦੇਦੀ ਨੀ ਨਾ ਵੱਡੀ ਅੰਮਾ ਵੱਡੀ ਮੰਮੀ ਜੀ ਇਹ ਰੋਂਦੀ ਆ ਇੱਕ ਜਾਂਦੀ ਨੀ ਕਿਸੇ ਕੋਲੇ ਜਸ ਨੂੰ ਨੀ ਰੋ ਜਾਂਦੀ ਕਰਦੇ ਕੰਮ ਕੀਤੇ ਪਹਿਲਾਂ ਮੈਂ ਝਾੜੂ ਕੱਢਿਆ ਸਫਾਈਆਂ ਕੀਤੀਆਂ ਫਿਰ ਉਸ ਤੋਂ ਬਾਅਦ ਪੋਚੇ ਲਾਏ ਸਾਰਾ ਕੰਮ ਮੈਂ ਹੀ ਕਰਦੀ ਹਾਂ ਬੜਾ ਕੰਮ ਫਿਰ ਉਸ ਤੋਂ ਬਾਅਦ ਦੁਪਹਿਰ ਵਾਲੀ ਰੋਟੀ ਵੀ ਲਾਈ ਦੁਪਹਿਰੇ ਚਾਹ ਵੀ ਬਣਾਈ ਸੀ ਫਿਰ ਇਹਨਾਂ ਨੂੰ ਮੈਂ ਫਿਰ ਖਾਧੀ ਫੈਮਿਲੀ ਸਾਰਿਆਂ ਨੇ ਮੈਂ ਉਦੋਂ ਦੁਪਹਿਰੇ ਬਣਾਇਆ ਸੀ ਫਿਰ ਉਸ ਤੋਂ ਬਾਅਦ ਆਹ ਡੈਡੀ ਦਾ ਸੂਟ ਪ੍ਰੈਸ ਕਰਾਂਗੇ ਆਹ ਪ੍ਰੈਸ ਕਰਾਂਗੇ ਨਾ ਡੈਡੀ ਨੂੰ ਸਵੇਰੇ ਪਾ ਕੇ ਜਾਊਗਾ ਅਤੇ ਇਹ ਪ੍ਰੈਸ ਕਰਨੇ ਆ ਕੱਪੜੇ ਅਤੇ ਫਿਰ ਉਸ ਤੋਂ ਬਾਅਦ ਪ੍ਰੈਸ ਕਰਾਂਗੇ ਅਤੇ ਡੈਡੀ ਪਾ ਕੇ ਜਾਊਗਾ ਕੱਪੜੇ ਇਹ ਪ੍ਰੈਸ ਕਰਨੇ ਆ ਨਾ ਇੱਕ ਅਤੇ ਆ ਪਜਾਮਾ ਹੋ ਗਿਆ ਅਤੇ ਫਿਰ ਆਪਾਂ ਜੋੜੇ ਸਾਰੀਆਂ ਸਫਾਈਆਂ ਕੀਤੀਆਂ ਪਹਿਲੇ ਭਾਂਡੇ ਲਾ ਲਈਏ ਉੱਪਰ ਭਾਂਡੇ ਮੈਂ ਮੰਗੇ ਆ ਭਾਂਡੇ ਲਾ ਲਈਏ ਬਾਕੀ ਸਫਾਈ ਕਰ ਲਈਏ ਮੈਂ ਜਿਹੜੇ ਸੁੱਕੇ ਆ ਉਹ ਪਹਿਲਾਂ ਲਾ ਲਈਏ ਫਿਰ ਧੋ ਕੇ ਇੱਥੇ ਰੱਖੂੰਗੀ ਨਾ ਦੂਜੇ ਹਾਂ ਸਾਰੇ ਭਾਂਡੇ ਲਾ ਲੈਂਦੇ ਹਾਂ ਫਿਰ ਚਾਹ ਵੀ ਕੁੱਕਰ ਵੀ ਮਾਂਜ ਲਈਏ ਸਬਜ਼ੀ ਜਾਣੀ ਬੰਨ ਭਾਂਡੇ ਮਾਂਜ ਲਈਏ ਨਾ
ਗਈ ਸਫਾਈ, ਬਰਤਨ ਆਪਾਂ ਧੋਤੇ, ਹੁਣ ਹੋ ਗਏ ਭਾਂਡੇ, ਆਪਾਂ ਚਲੋ ਚੁੱਲ੍ਹੀਆਂ ਨਾਲ ਆਟਾ ਗੁੰਨੀ ਆ, ਆਪਾਂ ਜਾ ਕੇ ਆਪਾਂ ਸਬਜ਼ੀ ਵੇਹਦੇ ਹਾਂ। ਸਬਜ਼ੀ ਗਈ ਬਣ, ਆਹ ਵੇਖੋ ਬਣ ਗਈ ਸਬਜ਼ੀ, ਹੁਣ ਫਿਰ ਬਣ ਕੇ ਫਿਰ ਆਪਾਂ ਖਾਵਾਂਗੇ। ਫਿਰ ਹੁਣ ਪਾਣੀ ਪਾ ਕੇ ਆਟਾ ਗੁੰਨਣਾ, ਰਾਤ ਦਾ ਬਹੁਤ ਟਾਈਮ ਹੋ ਗਿਆ, ਰਾਤ ਦਾ ਬਹੁਤ ਟਾਈਮ ਹੋ ਗਿਆ ਏ, ਅਤੇ ਅੱਸੂ ਦਾ ਮਹੀਨਾ ਬਹੁਤ ਗਰਮੀ ਆ, ਅੱਸੂ ਦਾ ਮਹੀਨਾ ਚੜ੍ਹ ਕੇ ਗਰਮੀ ਬੜੀ ਲੱਗੀ ਆ, ਨਾਲੇ ਕੱਲ੍ਹ ਧਾਰ ਫਾਰਮ ਛੱਡ ਗਿਆ ਸੀ ਸਾਡਾ, ਨਾਲੇ ਗਰਮੀ ਬੜੀ ਲੱਗੀ। ਆਹੋ ਤੁਹਾਨੂੰ ਖਾਈਏ ਨੂਰ ਪੀ, ਆਵੇ ਨੂਰ ਨੂੰ ਪਪੀਤੇ ਖਵਾਉਂਦੇ ਸੀ, ਆਹ ਪਪੀਤੇ ਆ ਨੂਰ, ਨੂਰ ਪਪੀਤਾ ਖਾਣਾ, ਨੂਰ ਪਪੀਤਾ ਖਾਣਾ ਜੀ, ਇਹਦੇ ਨਾਲ ਲਾ ਕੇ ਖਵਾਇਆ ਸੀ ਨੂਰ ਨੂੰ, ਨਾਲੇ ਡੈਡੀ ਖਾਂਦੇ, ਆ ਵੇਖੋ, ਆ ਵੇਖੋ ਡੈਡੀ, ਡੈਡੀ ਵੀ ਖਾਂਦਾ ਸੀ, ਨੂਰ ਵੀ ਖਾਂਦੇ, ਕਿਉਂ ਪਪੀਤੇ ਸਾਡਾ ਇੱਕ ਲੱਥਾ ਸੀ ਨਾ। ਆਵੇ ਸਾਡੀ ਮੱਝ ਪਾਣੀ ਪੀਣ ਦੀ ਆ, ਪਪੀਤੇ ਖਾ ਲੋ, ਕਹਿੰਦੇ ਹੱਥ ਧੋ ਕੇ ਖਾਂਦੇ ਆ। ਆਵੇ ਮੈਂ ਥਾਲੀ ਲਈ ਜਾਂਦੀ ਆ ਪਲੇਟ ਦੀ, ਆ ਨੂਰ ਵੇਖਣ ਦੀ ਆ, ਨੂਰ ਵੇਂਦੀ ਆ ਮੈਨੂੰ ਵੀ ਖਵਾਓ, ਆਪਣੇ ਆਹ ਕੱਪੜੇ ਗਿੱਲੇ ਸੀ ਉਹ ਕੱਪੜੇ ਤੇ ਕਰਦੇ। ਜਾਕੂ ਉਹ ਜਾਕੂ ਤੈਨੂੰ ਕੁਛ ਮਿਲਿਆ ਨਹੀਂ ਅੱਜ, ਬਾਏ। ਜਦੋਂ ਰੋਟੀ ਲਾਉਣ ਲੱਗੇ ਹਾਂ, ਆਓ ਸਬਜ਼ੀ ਵਿਖਾਈਏ ਤੁਹਾਨੂੰ, ਆਹ ਵੇਖੋ ਬਣ ਗਈ ਕਿੱਡੀ ਟੇਸਟ, ਵਧੀਆ। ਜਿਹਨੇ ਪੂੜੇ ਛੋਲੇ ਬਣਾਉਣੇ ਆ ਪੂੜੇ ਬਣਾ ਸਕਦਾ ਹੈ, ਇਹਦੇ ਨਾਲ ਵੀ ਆਪਾਂ ਪੂੜੀਆਂ ਕੱਢ ਸਕਦੇ ਹਾਂ, ਜੇ ਜਿਹਨੂੰ ਜੀ ਕੀਤਾ ਆਪਾਂ ਪੂੜੀਆਂ ਵਿਖਾਵਾਂਗੇ, ਆਵੇ। ਹਾਂ ਹੁਣ ਪੱਖੀ ਚੱਲ ਪਈ, ਆ ਹਵਾ ਆ ਗਈ ਆ, ਨਹੀਂ ਤਾਂ ਗਰਮੀ ਨੇ ਬਹੁਤ ਮੱਤ ਮਾਰੀ ਆ। ਆਪਾਂ ਰੋਟੀ ਪਾ ਲਈ ਤਵੇ 'ਤੇ, ਆਪਾਂ ਰੋਟੀਆਂ ਲਾ ਲਈਆਂ, ਮੈਂ ਨਾ ਮੈਂ ਜਿੰਨੀ ਆਟਾ ਰੱਖਦੀ ਫਰਿੱਜ 'ਚ, ਮੈਂ ਘਿਓ ਲਾਉਂਦੀ ਹਾਂ, ਘਿਓ ਲਾ ਕੇ, ਗਰਮੀ ਬਹੁਤ ਆ ਨਾ। ਆਵੇ ਪੱਕ ਗਈ ਰੋਟੀ, ਬਣ ਗਈ ਰੋਟੀ, ਕਮੈਂਟ ਜ਼ਰੂਰ ਮਾਰਨਾ, ਬਾਏ। ਮੈਂ ਰੋਟੀ ਲੈ ਕੇ ਗਈ, ਨੂਰ ਪੁੱਤ ਕਿੰਨਾ ਖੁਸ਼ ਹੁੰਦੇ ਆ, ਗਾਣੇ ਚੱਲਣ ਦਿਆ ਪੰਜਾਬੀ ਗਾਣਾ, ਬਹੁਤ ਖੁਸ਼ ਹੋਈ, ਬੜਾ ਦਾਦੇ ਪੋਤੀ ਨੇ ਬਹੁਤ ਭੰਗੜਾ ਪਾਇਆ, ਬੜਾ ਹੀ ਬੜੇ ਨਜ਼ਾਰੇ ਕੀਤੇ, ਕਿੰਨਾ ਮਜ਼ਾ ਆਇਆ, ਬੜੇ ਬੜੇ ਕਿੰਨੀ ਸੋਹਣੀ ਮਜ਼ਾ ਆਇਆ, ਬੜਾ ਹੀ ਮਜ਼ਾ ਆਇਆ ਦਾਦੇ ਪੋਤੇ ਨੂੰ। ਮੈਂ ਰੋਟੀ ਲੈ ਕੇ ਗਈ, ਕਹਿੰਦੇ ਰੋਟੀ ਨਹੀਂ ਖਾਣੀ, ਪਹਿਲਾਂ ਹੀ ਡਾਂਸ ਕਰਨਾ ਹੈ, ਦਾਦੀ ਪੋਤੀ ਲੱਗੇ ਆ, ਦਾਦਾ ਪੋਤਾ ਲੱਗੇ ਆ, ਬਹੁਤ ਵਧੀਆ ਡਾਂਸ ਕਰਦੇ ਆ, ਰੋਟੀ ਪਈ ਆ, ਕਹਿੰਦੇ ਰੋਟੀ ਬਾਅਦ ਵਿੱਚ ਖਾਵਾਂਗੇ, ਪਹਿਲਾਂ ਡਾਂਸ ਕਰੀਏ।
ਪੀ ਵੀ ਮੈਂ ਕਮੈਂਟ ਜ਼ਰੂਰ ਮਾਰਿਆ ਕਰੋ, ਕਿੰਨੀ ਮਿਹਨਤ ਲੱਗਦੀ ਹੈ, ਸਾਰਾ ਦਿਨ ਮਿਹਨਤ ਲੱਗਦੀ ਬਣਦੇ, ਕਮੈਂਟ ਕੋਈ ਵੱਜਦਾ ਨਹੀਂ ਆ, ਥੱਕ ਜਾਈਦਾ ਸਾਰਾ ਦਿਨ।